ਗੁੱਡ ਮਾਰਨਿੰਗ ਸਟੂਡੈਂਟ ਬੱਚਿਓ ਅੱਜ ਅਸੀਂ ਪੰਜਾਬੀ ਦੀ ਪਾਠ ਪੁਸਤਕ ਨਵੀਂ ਉਡਾਨ ਦੇ ਲੈਸਨ ਨੰਬਰ 10 ਦੀ ਰੀਡਿੰਗ ਸਟਾਰਟ ਕਰਾਂਗੇ ਲੈਸਨ ਦਾ ਨਾਮ ਹੈ ਬਿਜਲੀ ਦੀ ਵਰਤੋਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸਾਰੇ ਦਿਨ ਵਿੱਚ ਬਿਜਲੀ ਦੀ ਕਿੰਨੀ ਵਰਤੋਂ ਕਰਦੇ ਹਾਂ ਬਿਜਲੀ ਨਾਲ ਟੀਵੀ ਓਵਨ ਬਲਬ ਏਸੀ ਫ੍ਰਿਜ ਤੇ ਹੋਰ ਕਈ ਸਾਰੀਆਂ ਚੀਜ਼ਾਂ ਹਨ ਜੋ ਬਿਜਲੀ ਨਾਲ ਹੀ ਚਲਦੀਆਂ ਹਨ ਆਜ ਕਾਲ ਦੇ ਸਮੇਂ ਵਿੱਚ ਹਰ ਇੱਕ ਵਰਤੋਂ ਵਿੱਚ ਆਉਣ ਵਾਲੀ ਚੀਜ਼ ਬਿਜਲੀ ਨਾਲ ਹੀ ਚਲਦੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਬਿਜਲੀ ਦੀ ਇਹਨੀ ਵਰਤੋਂ ਕਰਨ ਦੇ ਨਾਲ ਨਾਲ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਬਿਜਲੀ ਦੀ ਬਚਤ ਵੀ ਕਰੀਏ ਬਿਜਲੀ ਦੀ ਬਚਤ ਕਰਨ ਨਾਲ ਇੱਕ ਤਾਂ ਸਾਡੇ ਘਰਾਂ ਦਾ ਬਿਜਲੀ ਦਾ ਬਿੱਲ ਘਟਾਵੇਗਾ ਤੇ ਦੂਸਰਾ ਬਿਜਲੀ ਦੀ ਬਚਤ ਵੀ ਹੋਵੇਗੀ ਜਿੱਥੇ ਬਿਜਲੀ ਸਾਡੇ ਐਨੇ ਸੁੱਖ ਤੇ ਸੁਵਿਧਾਵਾਂ ਵਿੱਚ ਵਾਧਾ ਕਰਦੀ ਹੈ ਉਥੇ ਇਹ ਸਾਡੇ ਲਈ ਕਈ ਵਾਰ ਖਤਰਨਾਕ ਵੀ ਸਾਬਤ ਹੋ ਸਕਦੀ ਹੈ ਕਈ ਵਾਰੀ ਬਿਜਲੀ ਦਾ ਇੱਕ ਝਟਕਾ ਵੀ ਸਾਡੀ ਜ਼ਿੰਦਗੀ ਖਤਮ ਕਰ ਦਿੰਦਾ ਹੈ ਸੋ ਬੱਚਿਓ ਆਓ ਅੱਜ ਅਸੀਂ ਪੜੀਏ ਕਿ ਬਿਜਲੀ ਸਾਡੇ ਲਈ ਕੀ ਕੁਝ ਕਰਦੀ ਹੈ ਬਿਜਲੀ ਸਾਨੂੰ ਰੋਸ਼ਨੀ ਦਿੰਦੀ ਹੈ ਬਿਜਲੀ ਨਾਲ ਪੱਖੇ ਚੱਲਦੇ ਹਨ ਬਿਜਲੀ ਸਾਡੇ ਕਮਰਿਆਂ ਨੂੰ ਠੰਡਾ ਰੱਖਦੀ ਹੈ ਗਰਮੀਆਂ ਵਿੱਚ ਸਾਨੂੰ ਠੰਡਾ ਪਾਣੀ ਠੰਡੀ ਆਈਸਕ੍ਰੀਮ ਸ਼ਰਬਤ ਆਦ ਦਿੰਦੀ ਹੈ ਬਿਜਲੀ ਸਾਡੇ ਕੱਪੜੇ ਧੋਂਦੀ ਹੈ ਇਸ ਵਾਸਤੇ ਕਪੜੇ ਧੋਣ ਵਾਲੀ ਮਸ਼ੀਨ ਬਿਜਲੀ ਨਾਲ ਹੀ ਚੱਲਦੀ ਹੈ। ਬਿਜਲੀ ਦੀ ਇਸਤਰੀ ਨਾਲ ਕਪੜੇ ਪ੍ਰੈਸ ਕੀਤੇ ਜਾਂਦੇ ਹਨ। ਕਪੜਿਆਂ ਦੀ ਸਿਲਾਈ ਤੇ ਕਿਢਾਈ ਦਾ ਕੰਮ ਵੀ ਬਿਜਲੀ ਦੀਆਂ ਮਸ਼ੀਨਾਂ ਹੀ ਕਰਦੀਆਂ ਹਨ। ਬੱਚਿਓ ਇਸ ਵਿੱਚ ਇਹੀ ਦੱਸਿਆ ਗਿਆ ਹੈ ਕਿ ਬਿਜਲੀ ਨਾਲ ਕਿਹੜੀ-ਕਿਹੜੀ ਚੀਜ਼ ਚੱਲਦੀ ਹੈ ਤੇ ਉਹ ਚੀਜ਼ ਸਾਡੇ ਡੇਲੀ ਰੁਟੀਨ ਵਿੱਚ ਅਸੀਂ ਉਹ ਕਿੰਨੀ ਬਿਜਲੀ ਨੂੰ ਵਰਤਦੇ ਹਾਂ ਸਾਡੇ ਘਰਾਂ ਦੇ ਵਿੱਚ ਕੱਪੜੇ ਬਿਜਲੀ ਵਾਸ਼ਿੰਗ ਮਸ਼ੀਨ ਨਾਲ ਹੀ ਧੋਣੇ ਉਹ ਵੀ ਬਿਜਲੀ ਨਾਲ ਚੱਲਦੀ ਏ ਕੱਪੜੇ ਪ੍ਰੈਸ ਕਰਦੇ ਹਨ ਅੱਜ ਕੱਲ ਕੱਪੜਿਆਂ ਦੀਆਂ ਕੱਪੜੇ ਸੀਣ ਦੀਆਂ ਮਸ਼ੀਨਾਂ ਤੇ ਕਢਾਈ ਦੀਆਂ ਮਸ਼ੀਨਾਂ ਵੀ ਬਿਜਲੀ ਨਾਲ ਹੀ ਚੱਲਦੀਆਂ ਹਨ ਰਸੋਈ ਵਿੱਚ ਬਿਜਲੀ ਨਾਲ ਕਈ ਉਪਕਰਣ ਚੱਲਦੇ ਹਨ ਹੀਟਰ ਨੂੰ ਚਲਾਉਣ ਲਈ ਬਿਜਲੀ ਦੀ ਲੋੜ ਪੈਂਦੀ ਹੈ ਮਾਈਕ੍ਰੋਵੇਵ ਓਵਨ ਵੀ ਬਿਜਲੀ ਨਾਲ ਕੰਮ ਕਰਦਾ ਹੈ ਬਿਜਲੀ ਨਾਲ ਹੀ ਮਿਕਸਰ ਗਰਾਇੰਡਰ ਕੰਮ ਕਰਦੇ ਹਨ ਬੱਚਿਓ ਰਸੋਈ ਵਿੱਚ ਕਿੰਨੀਆਂ ਚੀਜ਼ਾਂ ਹਨ ਜਿਹੜੀ ਬਿਜਲੀ ਨਾਲ ਹੀ ਚਲਦੀਆਂ ਹਨ ਅਈ ਸੋਈ ਵਿੱਚ ਕਈ ਵਾਰੀ ਟ੍ਰੀਵੀ ਚਲਾਉਂਦੇ ਆ ਮਾਈਕਰੋ ਵੀ ਚਲਾਉਂਦੇ ਆ ਗ੍ਰਾਈਂਡਰ ਵੀ ਚਲਾਉਂਦੇ ਆ ਇਹ ਸਾਰੀਆਂ ਸਾਡੀ ਡੇਲੀ ਜ਼ਰੂਰਤ ਦੀਆਂ ਚੀਜ਼ਾਂ ਹਨ ਜੋ ਬਿਜਲੀ ਨਾਲ ਚੱਲਦੀਆਂ ਹਨ ਖਾਣ ਪੀਣ ਦੀਆਂ ਚੀਜ਼ਾਂ ਨੂੰ ਠੰਡਾ ਤੇ ਤਾਜ਼ਾ ਰੱਖਣ ਦਾ ਕੰਮ ਵੀ ਬਿਜਲੀ ਹੀ ਕਰਦੀ ਹੈ ਇਹ ਕੰਮ ਇਹ ਕੰਮ ਰੈਫਰਿਜਰੇਟਰ ਕਰਦਾ ਹੈ ਸਕੂਲ ਵਿੱਚ ਬਿਜਲੀ ਨਾ ਹੋਵੇ ਤਾਂ ਗਰਮੀਆਂ ਵਿੱਚ ਠੰਡਾ ਪਾਣੀ ਹੀ ਨਹੀਂ ਲੱਭਦਾ ਸੋ ਬੱਚਿਓ ਅੱਜ ਤੁਸੀਂ ਅੱਜ ਤੁਸੀਂ ਇੱਥੋਂ ਤੱਕ ਹੀ ਰੀਡਿੰਗ ਕਰਨੀ ਹੈ ਤੇ ਸਾਰਿਆਂ ਬੱਚਿਆਂ ਨੇ ਰੀਡਿੰਗ ਧਿਆਨ ਨਾਲ ਕਰਨੀ ਹੈ ਥੈਂਕ ਯੂ